ਸਾਡੇ ਕੋਲੇ 9 ਜੁਲਾਈ ਨੂੰ ਗੁਰਪ੍ਰੀਤ ਸਿੰਘ ਸਾਨੂੰ ਬਾਬੂ ਸਿੰਘ ਵਾਸੀ ਰੋੜੀ ਪੂਰਾ ਨੇ ਬਿਆਨ ਲਿਖਾਇਆ ਸੀਗਾ ਵੀ ਉਹਦਾ ਫਾਦਰ ਜਿਹੜਾ ਬਾਬੂ ਸਿੰਘ ਸਾਨੂੰ ਮੋਦਨ ਸਿੰਘ ਇਹਦਾ 8-9 ਦੀ ਦਰਮਿਆਨੀ ਰਾਤ ਨੂੰ ਕਿਸੇ ਅਨਨੋਨ ਬੰਦੇ ਨੇ ਮਰਡਰ ਕਰਤਾ ਹੈਗਾ ਜਿਹਦੇ ਸੰਬੰਧੀ ਅਸੀਂ 109 ਨੰਬਰ FIR ਅੰਡਰ ਸੈਕਸ਼ਨ 302 IPC ਥਾਣਾ ਜੈਤੋਂ ਦਾਖਲ ਕੀਤੀ ਸੀਗੀ। ਅਤੇ ਤਫਤੀਸ਼ ਦੌਰਾਨ ਅਸੀਂ ਇਹਦੇ 'ਚ ਜਿਹੜਾ ਦੋਸ਼ੀ ਹੈਗਾ ਸਫਰਾਜਪ੍ਰੀਤ ਸਿੰਘ ਏਲੀਅਸ ਪ੍ਰੀਤ ਸਾਨੂੰ ਗੁਰਜੰਟ ਸਿੰਘ ਵਾਸੀ ਰੋਲੀ ਪੂਰਾ ਇਹਨੂੰ ਅਸੀਂ ਕਾਬੂ ਕੀਤਾ ਹੈਗਾ। ਜਿਹਨੇ ਪੁੱਛਗਿੱਛ 'ਚ ਮੰਨਿਆ ਵੀ ਇਹਨੇ ਬਾਬੂ ਸਿੰਘ ਦੇ ਸਿਰ 'ਚ ਘੋਟਣਾ ਮਾਰ ਕੇ ਇਹਦਾ ਮਰਡਰ ਕਰਤਾ। ਇੱਥੇ ਦੀ ਜੇਬ 'ਚੋਂ ਚਾਬੀ ਕੱਢ ਕੇ ਫਿਰ ਉਹ ਜਿਹੜਾ ਇਹ ਠੇਕੇ 'ਤੇ ਕਰਿੰਦੇ ਦਾ ਕੰਮ ਕਰਦਾ ਸੀ ਬਾਬੂ ਸਿੰਘ, ਉਹਦੇ ਠੇਕੇ 'ਤੇ ਜਾ ਕੇ ਉੱਥੋਂ 16 ਬੋਤਲਾਂ ਕਰੀਬ ਸ਼ਰਾਬ ਕੱਢ ਕੇ ਇਹਨੇ ਲਿਫਾਫੇ ਪਾ ਕੇ ਰੱਖਤੀ ਹੋਈ ਸੀ ਅਤੇ ਉਹ ਜਿਹੜੀ ਹੈਗੀ ਆ ਉਹ ਵੀ ਅਸੀਂ ਬਰਾਮਦ ਕਰ ਲਈ ਹੋਈ ਸੀ। ਕੋਈ ਕੈਸ਼ ਵਗੈਰਾ ਵੀ ਬਰਾਮਦ ਹੋਇਆ ਸੀ? ਕੈਸ਼ ਵਗੈਰਾ ਹਾਲੇ ਅਸੀਂ ਪੁੱਛਗਿੱਛ ਕਰ ਰਹੇ ਹਾਂ ਇਹਦੇ ਕੋਲ ਜੀ, ਬਰਾਮਦ ਵੀ ਕਰਾਂਗੇ ਹੋਰ ਵੀ ਜੋ ਵੀ ਹੋਇਆ ਇਹਦਾ ਸਮਾਨ। ਅਤੇ ਕਤਲ ਦਾ ਕਾਰਨ ਕੀ ਦੱਸਿਆ ਜਾ ਰਿਹਾ? ਬਸ ਇਹ ਨਸ਼ੇ 'ਚ ਇਹਨੇ ਕਤਲ ਦਾ ਕਾਰਨ ਇਹ ਮਰਡਰ ਕੀਤਾ ਵੀ ਇਹਦੇ ਕੋਲ ਕੁਛ ਪੈਸੇ ਹੋਣਗੇ ਅਤੇ ਉਸ ਤੋਂ ਬਾਅਦ ਇਹਨੇ ਤਾਂ ਹੀ ਉਹਦੀ ਜੇਬ 'ਚ ਚਾਬੀ ਕੱਢ ਕੇ ਜਿਹੜੀ ਹੈਗੀ ਆ ਠੇਕੇ 'ਚੋਂ ਸ਼ਰਾਬ ਦੀ ਚੋਰੀ ਕੀਤੀ ਆ। ਇਹਦੇ ਰਿਗਾਰਡਿੰਗ ਅਸੀਂ 469-380 IPC ਦਾ ਇਹਦੇ 'ਚ ਗਾਟ ਐਕਸਾਈਜ਼ ਐਕਟ ਦਾ ਵਾਧਾ ਕੀਤਾ ਹੈਗਾ। ਪੁਲਿਸ ਨੇ ਕਿੰਨੇ ਘੰਟੇ 'ਚ ਕੇਸ? ਬਸ ਕੱਲ੍ਹ ਸਾਨੂੰ ਮਾਰਨਿੰਗ ਇਨਫੋਰਮੇਸ਼ਨ ਮਿਲੀ ਸੀ ਅਤੇ ਅੱਜ ਮਾਰਨਿੰਗ ਅਸੀਂ ਦੋਸ਼ੀ ਜਿਹੜਾ ਹੈਗਾ ਇਸ ਤਰ੍ਹਾਂ। ਠੀਕ ਹੈ ਸਰ, ਇਸ ਤੋਂ ਪਹਿਲਾਂ ਵੀ ਕੋਈ ਕੇਸ ਚੱਲ ਰਹੇ ਜਾਂ? ਉਹ ਅਸੀਂ ਚੈੱਕ ਕਰਨਾ ਹੈ, ਮਤਲਬ ਰਿਕਾਰਡ ਚੈੱਕ ਕਰਦੇ ਹਾਂ ਜੇ ਹੋਇਆ ਤਾਂ ਉਹ ਵੀ ਐਡ ਆਊਂਗਾ।